ਬਿਲਕੁਲ ਐਕਸਪਾਇਰੀ ਡੇਟ ਆ 13/12/19 ਠੀਕ ਹੈ ਜੀ ਔਰ 12/6/20 ਤੱਕ ਇਹਦੀ ਵੈਲਿਡਿਟੀ ਆ ਔਰ ਰੇਟ ਹੈ 15-20 ਮਿੰਟ ਪਹਿਲਾਂ ਬੀਅਰ ਦੀ ਬੋਤਲ ਲਈ ਆ ਔਰ ਜਦੋਂ ਅਸੀਂ ਲਈ ਆ ਇੱਥੇ ਆ ਕੇ ਔਰ ਦੇਖਿਆ ਅਸੀਂ ਇਹਨਾਂ ਨੂੰ ਪੁੱਛਿਆ ਵੀ ਐਕਸਪਾਇਰੀ ਡੇਟ ਹੈ ਔਰ ਉਹ ਕਹਿੰਦੇ ਅਸੀਂ ਕਿਹਾ ਵੀ ਐਕਸਪਾਇਰੀ ਡੇਟ ਹੈ ਵੀ ਇਹ ਕਿਉਂ ਵੇਚ ਰਹੇ ਹੋ ਤੁਸੀਂ ਕਹਿੰਦੇ ਤਾਂ ਹੀ ਵਿਕਦੀ ਹੈ ਅਸੀਂ ਕਿਹਾ ਬਿੱਲ ਲਿਆਓ ਤੁਸੀਂ ਬੰਦੇ ਪਹਿਲੀ ਮਰੀ ਜਾਂਦੇ ਨੇ ਸਭ ਕੁਛ ਅਸੀਂ ਕਿਹਾ ਵੀ ਚਲੋ ਘੱਟ ਕਰੋ ਨਹੀਂ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕੁਛ ਔਰ ਇੰਨੀ ਇਹ ਐਕਸਪਾਇਰੀ ਡੇਟ ਹੈ ਇੰਨੇ 150-150 ਬੰਦਾ ਮਰ ਰਿਹਾ ਜ਼ਹਿਰੀਲੀ ਸ਼ਰਾਬ ਨਾਲ ਔਰ ਉਸਦੇ ਬਾਵਜੂਦ ਵੀ ਇਹਨਾਂ ਨੂੰ ਸਰਕਾਰ ਤੇ ਜੂ ਨਹੀਂ ਸਰਕਦੀ ਸੀ ਔਰ ਸਾਰੀਆਂ ਦੁਕਾਨਾਂ ਬੰਦ ਆ ਪ੍ਰਸ਼ਾਸਨ ਕਰਾ ਰਹੀ ਆ ਰਾਸ਼ਨ ਵਾਲੀਆਂ ਵਾਲੀਆਂ ਸਾਰੀਆਂ ਸਿਰਫ ਠੇਕੇ ਖੁੱਲੇ ਨੇ ਔਰ ਠੇਕੇ ਦੇਖ ਲਓ ਤੁਸੀਂ ਐਕਸਪਾਇਰੀ ਡੇਟ ਇਹਨਾਂ ਨੂੰ ਲਾਇਸੈਂਸ ਦਿੱਤਾ ਹੋਇਆ ਇਹਨਾਂ ਨੇ ਵੇਚਣ ਲਈ ਦੁਨੀਆ ਨੂੰ ਮਾਰਨ ਦਾ ਕਿਹੜੀ ਡੇਟ ਲਿਖੀ ਜੀ ਠੀਕ ਹੈ ਤਾਂ ਹੀ ਰੇਟ ਅਸੀਂ ਅਸੀਂ ਤਾਂ ਹੀ ਕਹਿੰਦੇ ਅਸੀਂ ਰੇਟ ਘੱਟ ਕਰ ਦਿੰਦੇ ਹਾਂ ਵੈਸੇ ਇਹਦੀ ਕੀਮਤ ਹੈਗੀ ਆ 180 ਰੁਪਏ ਪਰ ਸਾਨੂੰ ਕਹਿੰਦੇ ਚਲੋ ਤੁਸੀਂ ਆਹ ਲੈ ਲਓ ਅਸੀਂ ਕਿਹਾ ਕਿਉਂ ਅਸੀਂ ਮਰਨਾ ਹੈ ਕਿਹੜੀ ਡੇਟ ਲਿਖੀ ਐਕਸਪਾਇਰੀ ਡੇਟ ਆ ਦੇਖੋ ਜੀ ਕਿੰਨੇ ਕਿੰਨੇ ਪਾਈ ਹੈ 12/6/2020 ਦੀ ਐਕਸਪਾਇਰ ਹੋਈ ਹੋਈ ਹੈ ਜੀ ਅੱਛਾ ਜੀ ਠੀਕ ਹੈ ਜੀ ਹੁਣ ਮਹੀਨਾ ਦੇਖ ਲਓ ਤੁਸੀਂ ਦੋ ਦੋ ਤਿੰਨ ਤਿੰਨ ਮਹੀਨੇ ਇੱਥੇ ਤਿੰਨ ਤਿੰਨ ਮਹੀਨਿਆਂ ਦੀ ਤੀਜੇ ਮਹੀਨੇ ਦੀ ਵੀ ਐਕਸਪਾਇਰੀ ਡੇਟ ਦੀ ਪਾਈ ਹੋਈ ਨਹੀਂ ਅੱਜ ਸੰਡੇ ਵੇ ਲੋਕਡਾਊਨ ਸੀਗਾ ਤੁਸੀਂ ਸ਼ਰਾਬ ਕਿੰਨੇ ਵਜੇ ਲੈਣ ਆਏ ਸੀ ਤਾਂ 20 ਮਿੰਟ 25 ਮਿੰਟ ਪਹਿਲਾਂ ਲਈ ਆ ਜੀ ਅਸੀਂ ਇਹਨਾਂ ਦਾ ਸੰਡੇ ਇਹਨਾਂ ਦਾ ਕਹਦਾ ਜੀ ਸੰਡੇ ਸੁੰਡੇ ਕੁਛ ਨਹੀਂ ਹੁੰਦਾ ਠੇਕੇ ਧੜਾਲੇ ਨਾਲ ਖੁੱਲਦੇ ਨੇ 9 ਵਜੇ ਤੱਕ ਖੁੱਲਦੇ ਨੇ ਸਭ ਕੁਝ ਹੁੰਦਾ ਕੋਈ ਪੁੱਛਣ ਵਾਲਾ ਨਹੀਂ ਕੋਈ ਗਣਨ ਵਾਲਾ ਨਹੀਂ ਦੁਨੀਆ ਮਰ ਰਹੀ ਆ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਮੁਰਦਾਬਾਦ ਸ਼ਰਾਬ ਮਾਫੀਆ ਮੁਰਦਾਬਾਦ ਸ਼ਰਾਬ ਮਾਫੀਆ ਮੁਰਦਾਬਾਦ ਸ਼ਰਾਬ ਮਾਫੀਆ ਮੁਰਦਾਬਾਦ ਸ਼ਰਾਬ ਮਾਫੀਆ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 110 ਬੋਤਲ ਸੀਗੀ ਜੀ 110 ਉਪਰੋਂ ਅਫਸਰ ਇਹਨੂੰ ਜੁਰਮਾਨਾ ਲਾਉਣਗੇ ਉਹ ਅਫਸਰ ਬਿੱਲ ਦਾ ਵੀ ਚਲਾਨ ਕਰਤਾ ਜੀ ਬਿੱਲ ਬੁੱਕ ਇਹਨਾਂ ਦੇ ਕੋਲ ਆ ਜੀ ਇਹ ਪੁਰਾਣੀ ਪੇਜ ਦੀ ਬਿੱਲ ਬੁੱਕ ਇਹਦੇ ਕੋਲ ਅੱਛਾ ਇਹਦਾ ਬਿੱਲ ਕੰਪਲਸਰੀ ਆ ਜੀ ਹਰੇਕ ਕਸਟਮਰ ਨੂੰ ਦੇਣਾ ਜਿਹੜਾ ਵੀ ਚਾਹੇ ਇੱਕ ਬੋਤਲ ਵੀ ਖਰੀਦਦਾ ਇਹ ਗੱਲ ਪਤਾ ਜੀ ਕੀ ਹੈ ਦੇਖੋ ਹੁਣ ਇੱਕ ਠੇਕੇ ਦੀ 60-70 ਹਜ਼ਾਰ ਸੇਲ ਹੁੰਦੀ ਹੈ ਪਊਏ ਵਿਕਦੇ ਨੇ ਛੋਟੇ ਛੋਟੇ ਪਊਏ 70-80 ਹਜ਼ਾਰ ਦਾ 70-80 ਰੁਪਏ ਦਾ ਜਦੋਂ ਕਈ ਬੰਦੇ ਲੈਂਦੇ ਵੀ ਨਹੀਂ ਜਿਹੜਾ ਬਿਜ਼ਨਸ ਬੰਦਾ ਕਰਦਾ ਜਿਹੜਾ ਬੰਦਾ ਮੰਗਦਾ ਉਹਨੂੰ ਬਿੱਲ ਦੇਣਾ ਚਾਹੀਦਾ ਹਦਾਇਤਾਂ ਤਾਂ ਸੇਮ ਨੇ ਹਾਂ ਜਿਹੜਾ ਬਿੱਲ ਮੰਗਦਾ ਦੇਣਾ ਚਾਹੀਦਾ ਜੇ ਠੇਕੇ ਖੋਲਣ ਦੀ ਹਦਾਇਤ ਜਿਹੜੀ ਹੈਗੀ 6:30 ਵਜੇ ਤੱਕ ਦਿੱਤੀ 7 ਵਜੇ ਤੱਕ ਇੱਕ ਠੇਕੇ ਕੋਈ ਨਹੀਂ ਖੁੱਲਾ ਜੀ ਅਸੀਂ ਸਾਰਾ ਚੈੱਕ ਕੀਤਾ ਜਿੱਥੇ ਵੀ ਦਾਰੂ ਜਿੱਥੇ ਚੌਂਕ ਠੇਕੇ 'ਚ ਵੇਚ ਜਿੱਥੇ ਦੇਖਾਂਗੇ ਜੀ ਅਸੀਂ ਕਾਰਵਾਈ ਕਰਾਂਗੇ ਇੱਥੇ ਸਾਡੇ ਸਾਹਮਣੇ 7:30 ਵਜੇ ਤੱਕ ਦਰੂ ਸਾਹਿਬ ਹੁਣ ਵੀ ਦਾਰੂ ਜਰ ਚੌਂਕ 'ਚ ਵੇਚ ਰਿਹਾ ਸਰ ਸਿੱਧਾ ਸਿੱਧਾ ਕਰਾਓ ਕੀ ਕਰਾਂ ਇਹਦੇ ਬਾਰੇ ਕਰਦੇ ਜੀ ਬੰਦ ਸਰ ਦੇਖੋ ਦੇਖੋ ਜੀ ਸਾਡੀ ਨੌਲੇਜ ਆਊਗਾ ਅਸੀਂ ਕਾਰਵਾਈ ਕਰਾਂਗੇ ਹੁਣ ਵੀ ਦਾਰੂ ਵੇਚ ਰਹੀ ਹੈ ਇਸ ਟਾਈਮ ਪ੍ਰਾਈਸ ਦਾ ਸਾਡੀ ਨੌਲੇਜ ਆਊਗੀ ਕਾਰਵਾਈ ਕਰਾਂਗੇ तकरीबन महीने तो हो रहा है जी कल मेरा दोस्त आल आ जी राणा कपड़े दुकान आया उन्हें बीयर मंगी इन्होंने जब फिर एक्सपायरी देती उन्होंने इन्ना कहा मैं यार देख के लै लिया करो कहता भीरे फिर एक्सपायरी इन्होंने कहते भी जी एक्सपायरी आ भी ऊँ रेट 135 आ एक्सपायरी करके थोड़ा 120 ही दें वो कहता असी तो लैनी नहीं लियाओ जी खुली हो वापस कर दो असी बदल दें ਉਹੀ ਢੱਕਣ ਲਾ ਕੇ ਜਾਂ ਲਾ ਕੇ ਉੱਥੇ ਜੇ ਨਹੀਂ ਬੰਦੇ ਨੂੰ ਕਰਨਾ ਕੀ ਆ ਇੱਕ ਪਾਸੇ ਜਿੱਥੇ ਜਿੰਨੀ ਜਾਲੀ ਦੀ ਆ ਜ਼ਹਿਰ ਉਨੀ ਐਕਸਪਾਇਰੀ ਦੀ ਜ਼ਹਿਰ ਆ ਅੱਜ ਜਦ ਅਸੀਂ ਪੈਰ ਦਫ਼ਤਰ ਦਾ ਉਦਘਾਟਨ ਸੀ ਜਰਗੜੀ ਸੀ ਇਹੀ ਗੱਲਾਂ ਵੀ ਜਾਲੀ ਸ਼ਰਾਬ ਆ ਚੀਜ਼ਾਂ ਸਰਕਾਰਾਂ ਨੇ ਜੋ ਇਹ ਬੰਦ ਕਰਦੀਆਂ ਨੇ ਆ ਡਰਾਮੇਬਾਜ਼ੀਆਂ ਕਰਕੇ ਬੰਦ ਕਰਦੀਆਂ ਨੇ ਵੀ ਠੇਕੇ ਖੁੱਲ੍ਹੇ ਨੇ ਲੋਕਡਾਊਨ ਆ ਜੇ ਲੋਕਡਾਊਨ ਆ ਠੇਕੇ 'ਤੇ ਬੰਦਾ ਆਊਗਾ ਕਿਵੇਂ ਜੇ ਆਊਗਾ ਫਟਾਫਟ ਚੋਰੀ ਆਊਗਾ ਲੈ ਕੇ ਉਹ ਭੱਜੂਗਾ ਵੀ ਆ 2 ਦਿਨ ਜਾਲੀ ਕੰਮਾਂ ਲਈ ਜਾਲੀ ਨਜਾਇਜ਼ ਕੰਮਾਂ ਲਈ ਜਾਲੀ ਸ਼ਰਾਬਾਂ ਲਈ ਐਕਸਪਾਇਰ ਸ਼ਰਾਬੀਆਂ ਲਈ ਇੱਦਾਂ ਉੱਤੇ ਕੀ ਹਨੇਰਾ ਇਹਨੂੰ ਬਰਦਾਸ਼ਤ ਤੋਂ ਬਾਹਰ ਆ ਖੰਨਾ ਹੋਇਆ ਪੈਲ ਹੋਇਆ ਇਹਨਾਂ ਨੇ ਇੰਨਾ ਕੁ ਗੰਦ ਪਾਤਾ ਸਰਕਾਰ ਨੇ ਜਿਹੜੇ ਠੇਕੇ ਨੇ ਉਹ ਵੀ ਇਹਨਾਂ ਦੇ ਨੇ ਜਿਹੜੀ ਠੇਕਿਆਂ 'ਤੇ ਜੋ ਅਕਸਰ ਕਹਿੰਦੇ ਸੀ ਵੀ ਸ਼ਰਾਬ ਵੀ ਉੱਕਣੇ ਮਿਲਦੀ ਆ ਸਾਲਿਆਂ ਦੀ ਇਹਨਾਂ ਦੀ ਉਹ ਮਿਲਦੀ ਆ ਉਹੀ ਹੈ ਅਸੀਂ ਪ੍ਰੂਫ ਦਿੰਦੇ ਹਾਂ ਫਿਰ ਹੁਣ ਸਰਕਾਰ ਨੂੰ ਕੈਪਟਨ ਨੂੰ ਕੀ ਚਾਹੀਦਾ ਜਿੱਥੇ ਲੋਕਾਂ 'ਤੇ ਧਾਰਾ ਲਾ ਕੇ ਪਰਚੇ ਕਰਦਾ ਦਫ਼ਾ 144 ਆ ਠੇਕੇ 'ਤੇ ਖਾਤੇ 'ਤੇ ਕਿਤੇ ਹੈ ਵੀ 10 ਬੰਦਿਆਂ ਤੋਂ ਘੱਟ ਹੋਣ ਇਹਦਾ ਕੋਈ ਬਿੱਲ ਵਗੈਰਾ ਵੀ ਤੁਹਾਨੂੰ ਦਿੱਤਾ ਗਿਆ ਬਿੱਲ ਬਾਈ ਜੀ ਆ ਜਾਓ ਇਹ ਕਹਿੰਦੇ ਬਿੱਲ ਸਾਨੂੰ ਮਾਲਕ ਨਹੀਂ ਦਿੰਦੇ ਬਾਈ ਜੀ ਇੱਧਰ ਇਹਨਾਂ ਨੂੰ ਦੱਸੋ ਪੰਡ ਜੀ ਇਹਦੇ ਬਿੱਲ ਦੀ ਬਾਬਤ ਬਿੱਲ ਉਹ ਮਾਲਕਾਂ ਨੇ ਨਹੀਂ ਦਿੰਦੇ ਆਹ ਤੁਹਾਡਾ ਫ੍ਰੀਜਰ ਇਹ ਮਹੀਨੇ ਤੋਂ ਭਰਿਆ ਹੋਇਆ ਇਹ ਨਹੀਂ ਨਹੀਂ ਇਹਦਾ ਹੁਣੇ ਥੋੜੀ 12-14 ਦਿਨ ਹੋਣੇ ਬਸ ਅੱਛਾ ਨਾ ਜਿਹੜੀ ਤੁਸੀਂ ਕੱਲ ਸੀ
मनविंदर सिंह यासपुरा लोक इंसाफ पार्टी हलका इंचार्ज श्री फतेहगढ़ साहब। की मामला की है सर? आज साडे कोल कल कोई बंदा कंप्लेंट लेके आया सी कि जिहड़ा हैगा मलेरकोटला खन्ने मलेरकोटला रोड दे उत्ते नकली शराब बेची जा रही है, जिहड़ी कि शराब दे विच एक्सपायरी डेट की शराब आ, और सानू उन्होंने प्रूफ वजो बोतलां दिखाईयां सी। असी उन्हां दा प्रूफ नू पता करन दे लई अज लाइव साडी पार्टी दे वलंटियर इत्थों जदों शराब खरीदण आए ते उन्होंने सब तो पहलां तां उस जिहड़ी हैगी आ शराब दा बिल मंगिया, शराब का बिल नहीं दिता, और जो डेट देखी डेट एक्सपायरी सी, और एक्सपायरी डेट जी है उन्होंने चिल्ड जोड़ा है पूरा उन्होंने प भरिया होया, और तुम देखो कि शराब के नाल नकली शराब के नाल अज पंजाब दे विच मौत हो रही, 112 तो ज़्यादा मौत हो गई, और 200 तो उपर जोड़े नौजवान अन्ने हो गए। कैप्टन साहब ने 5 लाख रुपया दे के सार दिता कि जी ठेकियां दे विच नकली शराब एक्सपायरी डेट की जी शराब आ जी लोगों के धी पुत मरा जो अजे बेची जा रही है, अज असी उस कैप्टन जगाउन आए हैं और इन ठेकियां उत्ते सख्त तो सख्त कार्रवाई करवाउन आए। तुम देखा होना कि खन्ने विखे जी शराब की फैक्ट्री सी ये कांग्रेसी जोड़े है MLA ये चला रहे हैं, और ठेकियां दे विच भी इन्हां दी अपनी जिहड़ी हिस्सेदारी आ, इसलिए ना तो इत्थे कोई पुलिस कार्रवाई करती आ ना कोई आबकारी विभाग का कोई काम करता। तुसी देखो कि ठेकियां नूं जरूरी हुंदा कि उन्हां नूं बिल दिता जाए, पर किसी भी बंदे नूं बिल नहीं दिता जाता, और शरेआम ये लोग जिहड़ी हैगी आ चोरी करदे आ।